Use a cyber knife to sit in formation like with the dice. Is the knife ready this time? I'm a zoner, I see someone with a sword! What is this time? Ah, that doesn't matter, because you did this decision, I don't know, but that's tired of it, it's too much, did you? What a sin, I don't understand, I got to get ਸਤਿ ਸ਼੍ਰੀ ਅਕਾਲ ਜੀ, ਟੋਕਰਾ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ। ਸ਼ਾਮ ਨੂੰ ਜਦੋਂ ਕੀੜੇ ਲੜਦੇ ਸ਼ਰਾਬੀਆਂ ਦੇ ਤਾਂ ਠੇਕੇ ਵੱਲ ਨੂੰ ਭੱਜਦੇ ਨੇ, ਪਰ ਇੰਡੀਆ ਦੇ ਵਿੱਚ ਸ਼ਾਮ ਨੂੰ ਅੱਜ ਕੱਲ੍ਹ ਕੀੜੇ ਜਿਹੜੇ ਲੜਦੇ ਨੇ ਲੋਕ ਜ਼ਿਆਦਾ ਟੀਵੀ ਵੱਲ ਭੱਜ ਰਹੇ ਨੇ। ਕਾਰਨ ਕੀ ਹੈ? IPL ਸ਼ੁਰੂ ਹੋ ਗਿਆ, ਕਿੰਨਾ ਕੁਛ ਹੋ ਰਿਹਾ, ਚੰਗੇ ਪਲੇਅਰਾਂ ਨੂੰ ਮਾੜਾ ਕਿਹਾ ਜਾ ਰਿਹਾ, ਅਤੇ ਮਾੜੇ ਪਲੇਅਰ ਤਾਂ ਆਲਰੇਡੀ ਮਾੜੇ ਹੀ ਹੈਗੇ ਨੇ, ਉਹਦਾ ਦੱਸਣ ਦੀ ਲੋੜ ਨਹੀਂ, ਪਰ ਮਾੜਾ ਕੋਈ ਹੈ ਨਹੀਂ। ਅਸੀਂ ਜਿੰਨੇ ਕੁ ਜੋਗੇ ਹੈ ਸੀ ਉਨੇ ਕੁ ਜੋਗਾ ਅਸੀਂ ਪਲੇਅਰ ਅੱਜ ਬੁਲਾ ਲਿਆ। ਮੇਰੀ ਮੁਰਾਦ ਇੱਕੋ ਇੱਕ, ਕ੍ਰਿਸ ਗਿੱਲ ਭਾਅ ਜੀ। ਭਾਅ ਜੀ ਆ ਜਾਓ, ਸਤਿ ਸ਼੍ਰੀ ਅਕਾਲ ਜੀ, ਆ ਜਾਓ ਭਾਅ ਜੀ। ਉਹ ਮਹਾਰਾਜ ਡਰਾਈ ਜਾਂਦੇ ਹੋ, ਅਤੇ ਪਹਿਲਾਂ ਤਾਂ ਮੈਂ ਸੋਰੀ ਮੰਗਦਾ ਕਿ ਟ੍ਰੇਨ ਛੁੱਟ ਗਈ, ਪੈਸੇ ਖਰਾਬ। Thank you. You look like guy. You look like now in a Goa. I'm not guy. I'm a man. I'm not guy. Mainu gaam ajj de vich na tusi, you know. Mainu oh karo, you know. Okay, okay. Sorry, sorry. Main samajh gaya tusi kehne jande ho. Acha, kehnde bachpan thoda jehda bada struggle wala si. Tusi bahut greedy dikhe. Yes. Because you know, main sir eh bad ta hun naseeb hoya. Pehla ta main thapiyan naal vi khelda reha. Oh, jehdi ਹਾਂ ਜਿਸ ਦਿਨ ਕੱਪੜੇ ਧੋਂਦੇ, ਯੂ ਨੋ ਮਾਈ ਮਦਰ ਯੂਜ਼ ਟੂ ਵਾਸ਼ ਕਲੋਥਸ ਬਾਈ ਵਿਦ ਥੈਪੀ ਦੈਟ ਥਾਪੀ, ਯੂ ਨੋ। ਓਕੇ, ਸੋ ਮੈਂ ਉਹ ਬਹੁਤ ਔਖਾ ਟਾਈਮ ਦੇਖਿਆ, ਤੇ ਵੈਨ ਆਈ ਵਾਜ਼ ਇਨ ਅ ਵਿਲੇਜ, ਮੈਂ ਛੋਟਾ ਸੀਗਾ ਤੇ ਅਸੀਂ ਕ੍ਰਿਕਟ ਖੇਡਦੇ ਸੀ, ਕਈ ਵਾਰ ਬਾਲ ਕਿਸ ਦੇ ਘਰੇ ਚਲੇ ਜਾਣੀ, ਇੱਕ ਵਾਰ ਤਾਂ ਭਾਜੀ ਮੈਂ ਆਪਰੇਸ਼ਨ ਵੀ ਕੀਤਾ, ਯੂ ਨੋ ਵਾਸ਼ਰੂਮ ਦੇ ਵਿੱਚ ਬਾਲ ਚਲੀ ਗਈ ਸੀਗੀ, ਸੋ ਲਿਫਾਫਾ ਪਾ ਕੇ, ਯੂ ਨੋ ਵਟ ਆਈ ਐਮ ਸੇਇੰਗ, ਲਫਾਫਾ ਪਾ ਕੇ ਬਾਲ ਕੱਢੀ। ਅੱਛਾ, ਇਹ ਤਾਂ ਹਰ ਇੱਕ ਬੰਦੇ ਦੇ ਨਾਲ ਜੁੜੀ ਹੈ ਜੀ ਭਾਜੀ। ਉਹ ਮੋਰੇ ਚ ਆਈ ਐਮ ਨੋਟ ਐਮਬੈਰਸ, ਆਈ ਐਮ ਨੋਟ ਐਮਬੈਰਸ ਬਿਕੋਜ਼ ਆਈ ਐਮ ਵੈਰੀ ਪੈਸ਼ਨੇਟ ਅਬਾਊਟ ਮਾਈ ਵਰਕ, ਯੂ ਨੋ ਦੈਟ ਦ ਪਲੇ, ਮੈਂ ਕੋਈ ਗੱਲ ਨਹੀਂ ਆਪਰੇਸ਼ਨ ਕਰਾਂਗੇ, ਮੈਂ ਬਾਲ ਕੱਢ ਕੇ ਮੈਂ ਨਹੀਂ ਆਪਰੇਸ਼ਨ, ਫਿਰ ਲਫਾਫਾ ਪਾ ਕੇ। ਯੈਸ, ਇਹ ਤਾਂ ਹਰ ਇੱਕ ਬੰਦੇ ਨਾਲ ਜੁੜੀ ਹੈ, ਉਹ ਮੋਰੇ ਦੇ ਵਿੱਚ ਚਲੀ ਹੋਣੀ। ਯੈਸ ਯੂ ਨੋ, ਤੁਸੀਂ ਹੁਣ ਸ਼ਹਿਰ ਦੇ ਵਿੱਚ ਆਓ ਨਾ, ਤੁਸੀਂ ਦੇਖੋ ਬਹੁਤ ਸਾਰਾ, ਯੂ ਨੋ ਥੋੜਾ ਉਧਰੋਂ ਕੱਟ ਲਓ। ਅੱਛਾ ਭਾਜੀ, ਛੋਟੇ ਹੁੰਦੇ ਜਦੋਂ ਤੁਸੀਂ ਕਹਿੰਦੇ ਆਊਟ ਨਹੀਂ ਮੰਨਦੇ ਹੁੰਦੇ ਸੀਗੇ, ਆਊਟ ਹੋ ਜਾਂਦੇ ਸੀ, ਆਊਟ ਨਹੀਂ ਮੰਨਦੇ, ਦੈਟ ਵਾਸ ਮਾਈ ਟੈਲੈਂਟ। Most of the people call me Rondi Pinda. Main kadhi Rondi nahi peeti, you know, I used to drink a beer sometime, but Rondi main kadhi nahi peeti. I did not drink it Rondi. Chuthiyan soha khande si tusi kehnde ne, oh kehnde tenu babbe di soha lagge, eta kehnde no ki bas tenu babbe di soha lagge, oh kehnde mainu babbe di soha lagge, main out nahi, mainu soha lagge, mere bed te nahi lagi. Yeah, yes I did. I'm not denying that we main us soha nahi khadi, mere dada ji chale gaye si. ਸੌ ਖਾਧੀ ਨਹੀਂ ਖਾਧੀ ਇੱਕ ਪ੍ਰੋਪਰ ਹੋ ਗਈ।
ਅੱਛਾ ਜਿਹੜੇ ਮੇਰੇ ਦਾਦਾ ਜੀ ਵਾਸ ਨੋ ਮੋਰ ਨੋ ਮੋਰ ਸੋ ਦੈਟਸ ਵਾਈ ਮੈਂ ਸੌਂ ਖਾ ਲੈਂਦਾ ਸੀ ਐਡਵਾਂਟੇਜ ਲੈਂਦਾ ਸੀ ਥੋੜੀ ਕਿਆ ਦਾਦਾ ਜੀ ਦੀ ਮੌਤ ਦਾ ਕਾਰਨ ਤੁਹਾਡੀਆਂ ਸੌਂਾਂ ਸੀ ਨੋ ਹੀ ਇਜ਼ ਆਲਰੇਡੀ ਡੈਡ ਪਹਿਲੇ ਮਰ ਚੁੱਕੇ ਸੀ ਯੈਸ ਤੇ ਫਿਰ ਤੁਸੀਂ ਕਹਿੰਦੇ ਫਿਰ ਉਹ ਸੌਂਕ ਖਾ ਲਓ ਅੱਛਾ ਇਸ਼ੂ ਨਹੀਂ ਆ ਜੇ ਮਰ ਗਿਆ ਜਿਵੇਂ ਮਤਲਬ ਉਹ ਜਿਵੇਂ ਸਕੂਲਾਂ ਦੇ ਵਿੱਚ ਹੁੰਦਾ ਕਿ ਮੈਂ ਮੇਰੀ ਦਾਦੀ ਦੀ ਡੈਥ ਹੋ ਗਈ ਸੀ ਜੀ ਮੈਂ ਤਾਂ ਸਕੂਲ ਨਹੀਂ ਤੇ ਦਾਦੀ 2 ਸਾਲ ਪਹਿਲਾਂ ਮਰ ਗਈ ਈਵਨ ਮਾਈ ਮਾਮਾ ਜੀ ਸੈਡ ਚੰਡ ਚੜ ਗਿਆ ਤੁਹਾਡਾ ਬੁੱਢਾ ਮਰ ਗਿਆ ਔਰ ਯੂ نو ਦਿਸ ਇਜ਼ ਨਾਟ ਵੇ ਦਿਸ ਇਜ਼ ਨਾਟ ਦ ਵੇ ਛੰਡ ਚੜ ਗਿਆ ਤੁਹਾਡਾ ਬੁੱਢਾ ਮਰ ਗਿਆ ਇਹ ਮਾਮੇ ਮਜ਼ਾਕ ਕਰ ਲੈਂਦੇ ਹੁੰਦੇ ਸੀ ਪਰ ਐਂ ਕਰਕੇ ਅੱਛਾ ਛੋਟੇ ਛੋਟੇ ਜਿਵੇਂ ਬਚਪਨ ਦੇ ਵਿੱਚ ਛੋਟੀ ਛੋਟੀਆਂ ਜਿਹੜੀਆਂ ਹਰਕਤਾਂ ਇਹ ਹਰ ਇੱਕ ਬੰਦਾ ਕਰਦਾ ਆ ਯੈਸ ਠੀਕ ਹੈ ਜੀ ਤੁਸੀਂ ਹੋਰ ਵੀ ਕਹਿੰਦੇ ਨੇ ਕਿ ਜਿਹੜੀ ਰਜਾਈ ਆ ਰਜਾਈ ਦੇ ਵਿੱਚ ਰੂਹਾਂ ਕੱਢ ਰੂਹ ਜਿਹੜੀ ਹੁੰਦੀ ਰੂਹ ਉਹ ਕਹਿੰਦੇ ਉਹਦੀਆਂ ਪੈੜਾਂ ਵੀ ਬਣਾਉਂਦੇ ਰਹੇ ਉਹ ਯੈਸ ਯੈਸ ਵੈਰੀ ਯੂ نو ਪਾਵਰਟੀ ਲਾਈਨ ਵਾਸ ਬਿਲੋ ਦ ਲਾਈਨ ਸੋ ਦੈਟਸ ਵਾਈ ਮੈਨੂੰ ਕੋ ਕੁਛ ਸੀ ਨਹੀਂ ਇਦਾਂ ਦਾ ਸੋ ਕਾਫੀ ਸਮਾਂ ਠੰਡ ਦੇ ਵਿੱਚ ਵੀ ਪੈਣਾ ਪਿਆ ਸਰਦੀਆਂ ਦੇ ਵਿੱਚ ਕਿਉਂਕਿ ਰਜਾਈ ਦਾ ਸਾਰਾ ਕੱਢ ਲਿਆ ਸੀ ਯੂ نو ਸੋ ਬਹੁਤ ਔਖਾ ਸੀ ਉਦੋਂ ਉਹ ਰਜਾਈ ਦੀਆਂ ਤੁਸੀਂ ਪੈੜਾਂ ਬਣਾ ਲਈਆਂ ਤੇ ਰਜਾਈ ਹੈ ਨਹੀਂ ਤੇ ਠੰਡ ਦੇ ਵਿੱਚ ਮਰਨਾ ਪਿਆ ਅੱਜ ਵੀ ਉਹ ਰਜਾਈ ਅੱਜ ਵੀ ਮੈਨੂੰ ਇੰਨੀ ਮਹਿੰਗੀ ਲੱਗਦੀ ਆ ਬਿਕੋਜ਼ ਅੱਜ ਵੀ ਮੈਂ ਉਹ ਰਜਾਈ ਨਹੀਂ ਭਰਵਾ ਸਕਿਆ ਤੁਹਾਨੂੰ ਪਤਾ ਉਹਦਾ ਕਾਰਨ ਕੀ ਹੈ ਕੀ ਕਾਰਨ ਕੀ ਹੈ ਉਹ ਤਾਇਆ ਜੀ ਉਹਨਾਂ ਦੀ ਸੀ ਸੋ ਆਈ ਡੋਂਟ ਕੇਅਰ ਆਈ ਡੋਂਟ ਕੇਅਰ ਆਪੇ ਭਰਵਾਉਣਗੇ ਕੁਲਫੀ ਵਾਲਾ ਭਾਈ ਆਉਂਦਾ ਹੁੰਦਾ ਸੀ ਉਹ ਟਕ ਟਕ ਐ ਘੁਮਾਉਂਦਾ ਸੀ ਥੱਲੋਂ ਨਾ ਪਾਣੀ ਲੱਭ ਕੇ ਉਹ ਕਿੱਦਾਂ ਦਾ ਹੁੰਦਾ ਸੀ ਤੁਹਾਡੇ ਕਿੱਦਾਂ ਦਾ ਹੁੰਦਾ ਸੀ ਆਈ ਕਾਂਟ ਫੋਰਗੇਟ ਦੈਟ ਬ੍ਰਦਰ ਮੈਂ ਕਦੀ ਉਹਨੂੰ ਭੁੱਲ ਨਹੀਂ ਸਕਦਾ ਉਹ ਕਿੱਦਾਂ ਦਾ ਪਾਣੀ ਹੁੰਦਾ ਸੀ ਬਿਕੋਜ਼ ਨਮਕ ਵਾਲਾ ਪਾਣੀ ਅੱਛਾ ਇਹਦਾ ਮਤਲਬ ਇਹਨਾਂ ਦੇ ਵੀ ਉਹ ਕੁਲਫੀ ਹੁੰਦੀ ਸੀ ਉਹ ਐਕਸਕਿਊਜ਼ ਮੀ ਜੀ ਸਾਡੇ ਕੁਲਫੀ ਹੁੰਦੀ ਸੀ ਮੈਂ ਵੇਚਦਾ ਰਿਹਾ ਸਰ ਮੈਂ ਸਟਰਗਲ ਟਾਈਮ ਦੇ ਵਿੱਚ ਵੇਚਦਾ ਰਿਹਾ ਮੈਚ ਨਹੀਂ ਹੁੰਦੇ ਇੱਥੇ IPL ਤੋਂ ਬਾਅਦ ਅਸੀਂ ਕੁਲਫੀ ਸੌਰੀ ਸੌਰੀ ਦੇਖੋ ਆਪਾਂ ਤਾਂ ਕਹਿ ਦਿੰਦੇ ਕਿ ਸਿੱਧਾ ਆ ਗਿਆ ਪਲੇਅਰ ਬਣ ਗਿਆ ਅੱਛਾ ਤੁਹਾਨੂੰ ਪਤਾ ਹਰ ਇੱਕ ਵੀਡੀਓ ਦੇ ਵਿੱਚ ਕੀ ਹੁੰਦਾ ਤੁਹਾਨੂੰ ਪਤਾ ਵਾਟ ਜਿਵੇਂ ਕੋਈ ਵੀਡੀਓ ਆਉਂਦੇ ਨੇ ਵੀਡੀਓ ਦੇ ਵਿੱਚ ਇੱਕ ਚੀਜ਼ ਹੁੰਦੀ ਹੈ ਤੁਹਾਨੂੰ ਪਤਾ ਆਈ ਡੋਨਟ ਨੋ ਕੀ ਹੁੰਦਾ ਐਡਵਰਟਾਈਜ਼ਮੈਂਟ ਡਿਸਕ੍ਰਿਪਸ਼ਨ ਹੁੰਦੀ ਹੈ ਯੈਸ ਯੈਸ ਓ ਯੈਸ ਸੋ ਥੀਸ ਗਾਇਜ਼ ਯੂ نو ਇਹਨਾਂ ਨੇ ਇੱਕ ਚੈਨਲ ਬਣਾਇਆ ਜਿਹਦਾ ਨਾਮ ਹੈ ਮਾਈਕ ਚੈੱਕ ਗੱਲ ਨੂੰ ਬਹੁਤ ਧਿਆਨ ਨਾਲ ਮਤਲਬ ਅੱਖ ਨੱਕ ਕੰਨ ਸਾਰਾ ਕੁਝ ਖੋਲ ਕੇ ਸੁਣ ਲਓ ਇਹ ਜਿਹੜਾ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਹੈ ਉਹਨੂੰ ਸਬਸਕ੍ਰਾਈਬ ਕਰਕੇ ਇਹਦਾ ਸਕਰੀਨਸ਼ਾਟ ਭੇਜਣਾ ਆ ਸੋ ਜਿਹਦੇ ਜ਼ਿਆਦਾ ਸਬਸਕ੍ਰੀਨਸ਼ਾਟਸ ਹੋਣਗੇ ਸੋ ਅਸੀਂ ਜਾਵਾਂਗੇ ਅੱਛਾ ਮੈਂ ਵਿਦ ਪੈਡ ਆਵਾਂਗਾ ਜੀ ਜਿਹੜੇ ਵੀਰ ਦੇ ਸਭ ਤੋਂ ਜ਼ਿਆਦਾ ਸਕਰੀਨਸ਼ਾਟ ਭੇਜੇ ਹੋਣਗੇ ਸਬਸਕ੍ਰਾਈਬ ਕਰਕੇ ਉਹਨਾਂ ਦੇ ਪਿੰਡ ਭਾਜੀ ਪਹੁੰਚਣਗੇ ਨਾਲ ਤਾਂ ਮੇਰੀ ਚਲੋ ਡਿਊਟੀ ਆ ਮੈਂ ਤਾਂ ਭਾਜੀ ਦੇ ਨਾਲ ਹੀ ਹੁੰਦਾ ਯੈਸ ਡੈਫੀਨਿਟਲੀ ਆਪਾਂ ਉਹਨਾਂ ਦੇ ਪਿੰਡ ਜਾਣਾ ਆ ਭਾਵੇਂ ਮੈਂ ਕਿਹਾ ਜੀ 100 ਐਂਡ ਉਹ ਭਾਵੇਂ ਬਠਿੰਡੇ ਦਾ ਵੀਰ ਹੋਵੇ ਭਾਵੇਂ ਫਿਰੋਜ਼ਪੁਰ ਦਾ ਹੋਵੇ ਪਟਿਆਲੇ ਦਾ ਹੋਵੇ ਜਲੰਧਰ ਦਾ ਹੋਵੇ ਫਿਰੋਜ਼ਪੁਰ ਦਾ ਹੋਵੇ ਨਵੇਂ ਸ਼ਹਿਰ ਦਾ ਹੋਵੇ ਜਿੱਥੋਂ ਦਾ ਮਰਜ਼ੀ ਹੋਵੇ ਜਾਣਾ ਪੈਣਾ ਭਾਅ ਜੀ ਮੈਂ ਦੱਸਦਾ ਯੇ ਡੈਫੀਨਿਟਲੀ ਵਿਲ ਡੂ ਅੰਮ੍ਰਿਤਸਰ ਦਾ ਹੋਵੇ ਤਰਨ ਤਾਰਨ ਦਾ ਵੀਰ ਹੋਵੇ ਜਾਣਾ ਪੈਣਾ ਓਕੇ ਜਾਣਾ ਪੈਣਾ ਇਹ ਮੁੱਕ ਰਿਹਾ ਨਾ ਫਿਰ ਨੋ ਬਸ ਠੀਕ ਹੈ ਵੀਰੋ ਨੋ ਯਾ ਓ ਵਾਹ ਕੀ ਬਾਤ ਬਹੁਤ ਵਧੀਆ ਤੇ ਤੁਸੀਂ ਦੇਖ ਸੇ ਹਾ ਬਾਈ ਯੂ نو ਦੀ ਗਾਇਜ਼ ਆਰ ਗੋਇੰਗ ਬਾਈ ਹੁਣ ਭਾਅ ਜੀ ਰੋਲਾ ਵੀ ਮੁੱਕ ਜਾਣਾ ਅਗਲੀ ਟ੍ਰੇਨ ਤੁਹਾਡੀ ਆ ਯਾ ਪਲੀਜ਼ ਮੈਂ ਯੂ نو ਬਹੁਤ ਟਾਈਮ ਹੋ ਗਿਆ ਯੂ نو ਦਾਦਾ ਜੀ ਨੂੰ ਦੇਖੇ ਸੋ
I have to go now. ਤਾਂ ਤੁਸੀਂ ਕਹਿੰਦੇ ਦਾਦਾ ਜੀ ਗੇਮ ਪਾ ਕੇ ਨੇ ਉਹ ਤਾਂ ਜੀ ਲੋਕਾਂ ਨੂੰ ਸਿਰਫ ਦੱਸਣ ਵਾਸਤੇ ਠੀਕ ਹੈ ਹਾਏ ਹਾਏ ਆਵਾ ਜੀ ਯਾ ਕਿੰਨੀ ਸ਼ਾਂਤੀ ਹੋ ਗਈ ਦੇਖੋ ਅਸੀਂ ਆਏ ਵੀ ਸ਼ਾਂਤੀ ਕਰਕੇ ਸੀ ਬਿਕੋਜ਼ ਯੂ ਨੋ ਦੇਰ ਇਜ਼ ਅ ਗ੍ਰੇਵਯਾਰਡ ਕਬਰਿਸਤਾਨ ਐਂਡ ਆਲ ਸੋ ਦੈਟਸ ਵਾਈ ਸ਼ਾਂਤੀ ਰਹਿੰਦੀ ਹੈ ਭਾਜੀ ਕਹਿੰਦੇ ਬਹੁਤ ਲੰਬੇ ਲੰਬੇ ਛੱਕੇ ਤੁਸੀਂ ਮਾਰਦੇ ਹੋ ਇਹ ਕੀ ਇੱਕ ਤੁਹਾਡੇ 'ਤੇ ਕੇਸ ਵੀ ਹੋਇਆ ਸੀ ਕੁਛ ਕੀ ਰੌਲਾ ਕੀ ਪਿਆ ਸੀ ਕੀ ਚੱਕਰ ਸੀਗਾ ਯੂ ਨੋ ਮੈਨੂੰ ਹੁਣ ਮੈਨੂੰ ਥੋੜ੍ਹੀ ਸ਼ਰਮ ਵੀ ਆ ਰਹੀ ਯੂ ਨੋ ਦੱਸਣ ਲੱਗੇ ਮੈਂ ਯੂ ਨੋ ਮੈਂ ਸਿਕਸ ਬਹੁਤ ਮਾਰਦਾ ਚੱਕੇ ਤਾਂ ਤੁਸੀਂ ਬਹੁਤ ਮਾਰੇ ਯੈਸ ਸੋ ਵਨਸ ਅ ਟਾਈਮ ਮੈਂ ਛੱਕਾ ਬਹੁਤ ਦੂਰ ਮਾਰਿਆ ਸੋ ਨਾਸਾ ਵਾਲੇ ਮੇਰੇ ਘਰ ਆ ਗਏ ਯੂ ਨੋ ਕਹਿੰਦੇ ਨੇ ਵੀ ਤੁਸੀਂ ਅੰਤਰਿਕਸ਼ ਦੇ ਵਿੱਚ ਜਿਹੜਾ ਸਾਡੇ ਐਸਟ੍ਰੋਨੌਟ ਆ ਉਹਦੀ ਬੱਖੀ ਪਾਉਣ ਦਿੱਤੀ ਆਈ ਵਾਜ਼ ਨੋਟ ਯੂ ਨੋ ਇੰਨੀ ਦੂਰ ਛੱਕਾ ਮਾਰਦਾ ਆਈ ਵਾਜ਼ ਨੋਟ ਅਵੇਅਰ ਅਬਾਊਟ ਮਾਈ ਪਾਵਰ ਦੈਟ ਟਾਈਮ ਸੋ ਮੈਂ ਕਿਹਾ ਜੀ ਮੇਰੀ ਤਾਂ ਸਾਰੀਆਂ ਬੋਲਾਂ ਕੋਠੇ 'ਤੇ ਵੀ ਐਂ ਕਹਿ ਕੇ ਬਚੀਆਂ ਯੂ ਨੋ ਮਤਲਬ ਤੁਸੀਂ ਕਹਿਤਾ ਕਿ ਬੋਲ ਇਹ ਤਾਂ ਕੋਠੇ 'ਤੇ ਗਿਰੀ ਹੈ ਮੈਂ ਨਹੀਂ ਮਾਰੀ ਉਹ ਕਿਸੇ ਹੋਰ ਦੀ ਸੀ ਦੇ ਉਹ ਤਾਂ ਮੈਨੂੰ ਗਿਨਸ ਬੁੱਕ ਆਫ ਰਿਕਾਰਡ ਵੀ ਦੇ ਰਹੇ ਸੀਗੇ ਬਟ ਮੈਂ ਮਨਾ ਕੀਤਾ ਉਧਰ ਫਸ ਰਹੇ ਨਾ ਤੁਸੀਂ ਦੋ ਆਬਵੀਅਸਲੀ ਗੱਲ ਹੈ ਮੈਂ ਪਰਚਾ ਨਹੀਂ ਕਰਾਉਣਾ ਆਈ ਡੋਨਟ ਵਾਂਟ ਦਿਸ ਟ੍ਰਬਲ ਤੁਸੀਂ ਵੱਖੀ ਪਾੜਦੀ ਉਹ ਵੀ ਕੀ ਗੱਲ ਸੀ ਕਹਿੰਦੇ ਕਿ ਇੱਕ ਦਿਨ ਸ਼ੋਟ ਮਾਰਿਆ ਤੇ ਬੋਲ 6 ਦਿਨ ਬੋਲ ਥੱਲੇ ਹੀ ਨਹੀਂ ਆਈ ਉਹ ਯੂ ਨੋ ਅੱਗ ਬਹੁਤ ਜ਼ਿਆਦਾ ਹੁੰਦੀ ਸਪੀਡ ਬਹੁਤ ਜ਼ਿਆਦਾ ਸੋ ਫਟ ਗਈ ਯੂ ਨੋ ਅੰਤਰਿਕਸ਼ ਦੇ ਵਿੱਚ ਹੀ ਉਹ ਫਟ ਗਈ ਉਹ ਬਸ ਕਰੋ ਤੁਹਾਡੇ ਬੰਦੇ ਨੇ ਦੱਸਿਆ ਕੋਠੇ 'ਤੇ ਪਈ ਰਹੀ ਤੇ 6ਵੇਂ ਦਿਨ ਪਤਾ ਲੱਗ ਕੋਠੇ 'ਤੇ ਯੂ ਨੋ ਐਵਰੀਥਿੰਗ ਸੋ ਕਈ ਐਵੇਂ ਮੈਂ ਗੱਪਾਂ ਵੀ ਮਾਰ ਦਿੰਦੇ ਨੇ ਦੈਟਸ ਕ੍ਰਿਸ ਪਿਛਲੀ ਇੰਟਰਵਿਊ 'ਚ ਤੁਸੀਂ ਕਿਹਾ ਸੀਗਾ ਕਿ ਮੈਂ ਡਾਇਨਾਸੌਰ ਦੇ ਅੰਡੇ ਖਾਂਦਾ ਯੈ ਡਾਇਨਾਸੌਰ ਤਾਂ ਹੈ ਨਹੀਂ ਅਤੇ ਝੂਠ ਚੰਗਾ ਨਹੀਂ ਲੱਗਦਾ ਨੋ ਆਈ ਤੁਹਾਨੂੰ ਕਿਉਂ ਲੱਗਦਾ ਇੱਦਾਂ ਯੂ ਨੋ ਵੀ ਸਾਡੇ ਹੈਗੇ ਆ ਡਾਇਨਾਸੌਰ ਪਲੀਜ਼ ਗੱਲ ਨਾ ਕਰਿਓ ਕਿਸੇ ਨੂੰ ਇਹਨੂੰ ਕੱਟ ਦਿਓ ਬੇਟਾ ਇਹਨੂੰ ਕੱਟ ਦਿਓ ਯੂ ਨੋ ਮੈਂ ਐਵੇਂ ਮੈਂ ਅੰਦਰ ਹੋ ਜਾਊਂਗਾ ਪਰਚਾ ਹੋ ਜਾਣਾ ਅੱਛਾ ਤੁਸੀਂ ਡਾਇਨਾਸੌਰ ਰੱਖੇ ਹੋਏ ਯਾ ਆਈ ਹੈਵ ਹਾਂ ਵਾਵਾ ਸ਼ੇਰ ਪਾਲਿਆ ਯੈਸ ਵਾਵਾ ਸ਼ੇਰ ਪਾਲਿਆ ਅੱਛਾ ਇੱਕ ਗੱਲਾਂ ਜਿਹੜੀਆਂ ਨਾ ਇਹ ਜੱਗ ਜਾਹਰ ਨਹੀਂ ਹੁੰਦੀਆਂ ਯੂ ਨੋ 6-6 ਫੁੱਟ ਕੱਦ ਨਹੀਂ ਬੋਲਦੇ ਆ ਘੱਟ ਨਹੀਂ ਯੂ ਨੋ ਵਾਟ ਆਈ ਮੀਨ ਦੇਸੀ ਬੀਨ ਓਕੇ ਓਕੇ ਡਾਇਨਾਸੌਰ ਦਾ ਮਤਲਬ ਕਿੰਨੇ ਮੇਲ ਆ ਕਿ ਫੀਮੇਲ ਆ ਜਿਹੜਾ ਤੁਹਾਡੇ ਕੋਲ ਡਾਇਨਾਸੌਰ ਆਈ ਡੋਨਟ ਨੋ ਮੇਲ ਆ ਫੀਮੇਲ ਆ ਮੈਂ ਕਦੇ ਦੇਖਿਆ ਨਹੀਂ ਯੂ ਨੋ ਮੇਲ ਤਾਂ ਅੰਡੇ ਨਹੀਂ ਨਾ ਦਊਗਾ ਸੋ ਆਬਵੀਅਸਲੀ ਸ਼ੀ ਇਜ਼ ਅ ਮੇਲ ਸ਼ੀ ਇਜ਼ ਅ ਆਈ ਡੋਨਟ ਨੋ ਸੋਰੀ ਕੋਈ ਚੱਕਰ ਨਹੀਂ ਭਾਜੀ ਅੱਛਾ ਤੁਸੀਂ ਬੋਲਿਆ ਸੀ ਕਿ ਐਂ ਕਰਕੇ ਛੋਟ ਮਾਰਿਆ ਤੇ ਬੋਲ ਜਿਹੜੀ ਅੰਬਾਨੀ ਦੇ ਘਰ ਚਲੇਗੀ ਤੇ ਤੁਸੀਂ ਕਿਹਾ ਦੈਟ ਵਾਸ ਯੂ ਨੋ ਅ ਫਨੀ ਮੂਮੈਂਟ ਵਿਦ ਆਂਟੀ ਜੀ ਸੋ ਆਈ ਕਾਲਡ ਆਂਟੀ ਜੀ ਪਲੀਜ਼ ਬਾਲ ਦੇ ਦਿਓ ਸ਼ਾਇਦ ਮੈਂ ਨਹੀਂ ਕਹਿੰਦਾ ਤਾਂ ਅੱਜ 4 ਪੈਸੇ ਬਣ ਜਾਂਦੇ ਯੂ ਨੋ ਮੁੰਬਈ ਟੀਮ ਬਿਗ ਡ੍ਰੀਮਸ ਯੂ ਨੋ ਪੰਜਾਬ ਦੀ ਟੀਮ ਦੇ ਵਿੱਚ ਵੀ ਇਹਨਾਂ ਨੂੰ ਮੌਕਾ ਨਹੀਂ ਮਿਲਿਆ ਸ਼ਾਇਦ ਮੈਨੂੰ ਲੱਗਦਾ ਕਿ ਥੋੜੀ ਭਾਜੀ ਏਜ ਵੀ ਹੋ ਗਈ ਨਾ ਹੁਣ ਤੁਸੀਂ ਨਾ ਨਾ ਇਨ ਪੰਜਾਬੀਜ਼ ਆਰ ਵੈਰੀ ਯੂ ਨੋ ਮੈਂ ਬਹੁਤ ਖਾਧਾ ਉੱਥੇ ਨਾਨ ਛੋਲੇ ਭਟੂਰੇ ਛੋਲੇ ਯੂ ਨੋ ਲਾਈਕ ਸਰਸੋਂ ਸਾਗ ਮੱਕੀ ਦੀ ਰੋਟੀ ਇੱਕ ਦਿਨ 'ਚ ਚੱਕਦੇ ਫਟੇ ਉਹਨਾਂ ਨੇ ਸਾਰੇ ਸੋ ਦੈਟ ਵਾਈ ਨਹੀਂ ਤੁਹਾਡਾ ਹੋ ਗਿਆ ਜਿਹੜਾ ਕਹਿੰਦੇ ਤੁਹਾਡਾ ਮੇਦਾ ਵੀ ਬੜਾ ਮਜ਼ਬੂਤ ਆ ਪਰ ਕਹਿੰਦੇ ਨੇ ਸਾਗ ਜਿਹੜਾ ਸਰੋਂ ਦਾ ਸਾਗ ਆ ਕਿ ਉਹ ਤੁਹਾਡੇ ਨਹੀਂ ਪਚਿਆ ਨਹੀਂ ਐਵੇਂ ਤਾਂ ਯੂ ਨੋ ਮੈਂ ਲੋਹਾ ਵੀ ਪਚਾ ਲੈਂਦਾ ਪਰ ਜਿਹੜਾ ਉਹਦੇ 'ਚ ਸਾਗ ਦੇ ਵਿੱਚ ਆਇਰਨ ਜ਼ਿਆਦਾ ਸੀਗਾ ਯੂ ਨੋ ਸੋ ਦੈਟਸ ਵਾਈ ਪ੍ਰੋਬਲਮ ਆ ਗਈ ਤੇ ਆਲਵੇਜ਼ ਮਤਲਬ ਤੁਸੀਂ ਉਹ ਦੇਖ ਲਓ ਕਿ ਪੰਜਾਬੀਆਂ ਦਾ ਮੇਦੇ ਕਿੱਦਾਂ ਦੇ ਹੋਣਗੇ ਯਾ ਸੋ ਬਿਗ ਮੇਦਾ ਯੂ ਨੋ ਮੇਦਾ ਇੰਗਲਿਸ਼ ਕੀ ਕਹਿੰਦੇ ਮੇਦੇ ਨੂੰ ਮੇ ਬੀ ਅ ਲੀਵਰ ਲੀਵਰ ਓਕੇ ਲੀਵਰ ਦਰਸ਼ਕੋ ਲੀਵਰ ਕਹਿੰਦੇ ਨੇ ਮੇਦੇ ਨੂੰ ਕਿਉਂਕਿ
ਭਾਅ ਜੀ ਕਿ ਉੱਥੇ ਅੰਗਰੇਜ਼ੀ ਬੋਲਦੇ ਨੇ, ਇੱਕ ਹੋਰ ਮੇਰੇ ਮਾਇੰਡ 'ਚ ਸਵਾਲ ਆਉਂਦਾ ਕਿ ਸਾਡੇ ਯੂਸ ਟੂ ਸਪੀਕ ਇਨ ਭੋਜਪੁਰੀ ਆਲਸੋ, ਓਕੇ ਕਾਇਲਾ ਬੋਰਾ ਲਾਹੌਰਾ, ਹਾਂ ਤੁਹਾਡਾ ਬਾਊ ਜੀ, ਹਮ ਬਾਊ ਜੀ ਬੋਲ ਰਿਹਾ, ਉਹ ਬਾਊ ਜੀ ਬੋਲਾ, ਉਹ ਭੋਜਪੁਰੀ ਦੀ ਨਾ ਫਿਲਮਾਂ 4-5 ਮੈਨੂੰ ਬਹੁਤ ਚੰਗੀ ਲੱਗਦੀ, ਜੇ ਤੁਸੀਂ ਕਹੋ ਕੈਸੇ ਤੋ ਸੇ ਕਹਿਲ ਤੋਰਾ ਸੇ ਪਿਆਰ ਹੋ ਗਈ, ਯਾ ਆਈ ਸੌ ਦੈਟ, ਇਟਸ ਵੈਰੀ ਬਿਊਟੀਫੁਲ, ਹਮਰਾ ਹਾਉ ਚਾਹੀ, ਯੈਸ ਇਵਨ ਆਈ ਸੌ ਦੈਟ ਆਲਸੋ, ਨਦੀਆ ਪਾਰ ਬਬੂਆ ਹਮਾਰ, ਓ ਦੈਟਸ ਗ੍ਰੇਟ, ਦੈਟਸ ਅ ਹਿਊਜ ਹਿਟ ਇਨ ਅ ਬੋਜਪੁਰੀ, ਕੈਸੇ ਤੋ ਸੇ ਕਹਿਲ ਤੋਰਾ ਸੇ ਪਿਆਰ ਹੋ ਗਈ, ਸਰ ਭਾਜੀ ਲਾਸਟ ਵਾਲੀ, ਓ ਕਮ ਔਨ ਮੈਨ, ਕੈਸੇ ਤੋ ਸੇ ਕਹਿਲ ਤੋਰਾ ਸੇ, ਕੈਨ ਆਈ ਰਿਮੂਵ ਇਟ, ਯਾ ਥੈਂਕ ਯੂ, ਮੇਰੇ ਮੁਝ ਵੀ ਯਾ ਚੰਗਾ ਲੱਗਦਾ ਕਿ ਨਹੀਂ ਲੱਗਦਾ ਉਹ ਤੁਸੀਂ ਦੱਸਿਓ। ਅੱਛਾ ਜਿਵੇਂ ਆਪਣੇ ਪੰਜਾਬ ਦੇ ਵਿੱਚ ਸਾਡੇ ਯਾਰੀ ਦੋਸਤੀ ਵੀ ਆ, ਜਿਵੇਂ ਅੱਜ ਕੱਲ੍ਹ ਵੈਸੇ ਵਧੀਆ ਦੋਸਤ ਨਹੀਂ ਹੈਗੇ, ਵਰਤਣ ਵਾਲੇ ਨਹੀਂ ਹੈਗੇ, ਲੋਕ ਵਰਤ ਕੇ ਛੱਡ ਜਾਂਦੇ ਨੇ, ਤੁਹਾਡੇ ਉੱਦਾਂ ਕਿਵੇਂ ਯਾਰੀਆਂ ਦੋਸਤੀਆਂ? ਇਹ ਆ ਯੂ ਨੋ ਮੇਰੇ ਯਾਰ ਦੋਸਤ ਇੱਕ ਸੀਗਾ, ਮੇਰਾ ਯਾਰ ਦੋਸਤ ਇਜ਼ ਵੈਰੀ ਲੋਇਲ ਟੂ ਮੀ, ਮੈਂ ਬਹੁਤ ਜ਼ਿਆਦਾ ਵਫ਼ਾਦਾਰ ਸੀ, ਬਟ ਜਿਵੇਂ ਉਹਨੇ ਕਿਹਾ ਉਹਨੇ ਕੀਤਾ ਨਹੀਂ, ਯੂ ਨੋ ਉਹ ਕਹਿੰਦਾ ਵੀ ਮੈਂ ਜਦੋਂ ਆਊਗਾ ਮੈਂ ਤੇਰੇ ਨਾਲ ਆ ਕੇ ਖੜ ਜਾਵਾਂਗਾ ਤੇਰੇ, ਜਦੋਂ ਮਾੜਾ ਟਾਈਮ ਆਇਆ ਮਾੜੇ ਸਮਿਆਂ 'ਚ, ਬਟ ਇੱਕ ਮਹੀਨਾ ਪਹਿਲਾਂ ਹੀ ਜਦੋਂ ਮੇਰਾ ਮਾੜਾ ਸਮਾਂ ਆਇਆ ਉਹ ਇੱਕ ਮਹੀਨਾ ਪਹਿਲਾਂ ਹੀ ਮਰ ਗਿਆ, ਕਿੰਨਾ ਦੁੱਖ ਹੈ ਮੈਨੂੰ, ਖੜਿਆ ਨਹੀਂ, ਮੇਰੀ ਕਿਸ਼ਤ ਟੁੱਟ ਗਈ ਨਾ ਇਹ ਮਹੀਨੇ ਦੀ, ਜਾਂਦੇ ਹੋਏ ਇੱਕ ਡਿਸਕ੍ਰਿਪਸ਼ਨ ਵਾਲਾ ਫਿਰ ਦੁਬਾਰੇ ਕਹਿ ਦਿਓ ਦਰਸ਼ਕਾਂ ਨੂੰ, ਗਾਇਜ਼ ਡਿਸਕ੍ਰਿਪਸ਼ਨ ਦੇ ਵਿੱਚ ਯੂ ਨੋ ਇਹ ਜਿਹੜਾ ਮਾਈਕ ਚੈੱਕ ਹੈ, ਮਾਈਕ ਚੈੱਕ ਦੇ ਉੱਤੇ, ਯੈਸ ਮਾਈਕ ਚੈੱਕ, ਮਾਈਕ ਚੈੱਕ, ਮਾਈਕ 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 ਉਹਦਾ ਮਾਈਕ ਚੈੱਕ, ਭਾਜੀ ਉਹ ਬਣਾਓ, ਤੁਸੀਂ ਬਣਾ ਸਕਦੇ ਹੋ ਉਹਦਾ ਰੈਪ, ਮਾਈਕ ਚੈੱਕ ਡਿਸਕ੍ਰਿਪਸ਼ਨ ਦੇ ਵਿੱਚ ਤੁਸੀਂ ਜਾ ਕੇ ਸਬਸਕ੍ਰਾਈਬ ਕਰ ਲੈਣਾ, ਸਬਸਕ੍ਰਾਈਬ ਕਰ, ਜਦੋਂ ਸਕਰੀਨ ਸ਼ੋਟ ਭੇਜੇ ਆ ਅਸੀਂ ਤੁਹਾਡੇ ਪਿੰਡੇ ਆਉਣਾ, ਕਿਹਨੇ ਕਿਹਨੇ, ਮੈਂ ਅਤੇ ਬਾਈ ਨੇ, ਯੂ ਨੋ ਤੁਹਾਡੇ ਬਾਈ ਨੇ ਤੁਹਾਡੇ ਪਿੰਡ, ਮਾਈਕ ਚੈੱਕ, ਮਾਈਕ ਚੈੱਕ, ਸਬਸਕ੍ਰਾਈਬ, ਮਾਈਕ ਚੈੱਕ, ਠੀਕ ਹੈ ਦਰਸ਼ਕੋ, ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਧੰਨਵਾਦ ਭਾਅ ਜੀ, ਤੁਸੀਂ ਵੀ ਕਰ ਦਿਉ, ਥੈਂਕ ਯੂ, ਥੈਂਕ ਯੂ ਗਾਇਜ਼, ਇਹ ਆਹ ਚੈੱਕ।